ਉਹਦਾ ਜਿਹੜਾ ਅਧੂਰਾ ਰਹਿ ਗਿਆ ਕੰਮ ਬਿਆਨ 'ਤੇ ਬੁੱਚੜ ਦਾ, ਉਹ ਅੱਜ ਜਿਹੜਾ ਬੁੱਚੜ ਬਣਿਆ ਬੈਠਾ ਕੈਪਟਨ ਅਮਰਿੰਦਰ, ਉਹ ਪੂਰਾ ਕਰ ਰਿਹਾ। ਮੈਂ ਉਹਨਾਂ ਦਾ ਵੀ ਦੇਖਦਾ ਰਿਹਾ ਕਿ ਕਿਵੇਂ ਉਹ ਜੇਲ੍ਹ ਦੇ ਵਿੱਚੋਂ ਡਾਕਟਰ ਦੇ ਕੋਲੋਂ ਲਿਖਾ ਕੇ ਉਜਾਲੀ ਜਿਹੀ ਪਰਚੀ ਬਣਾ ਕੇ ਵੀ ਅਸੀਂ ਬਿਮਾਰ ਹੈ, ਅਤੇ ਬਾਹਰ ਉਹ ਤੜਕੇ ਨਿਕਲ ਜਾਂਦੇ ਰਾਤ ਨੂੰ ਵੜਦੇ ਸੀ ਜਾਂ ਜੇਲ੍ਹ ਦੇ ਬਾਹਰ ਬੈਠੇ ਨੇ, ਕਿਵੇਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਖੁੱਲ੍ਹਾਂ ਸੀਗੀਆਂ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਸਣੇ ਡੀਜੀਪੀ ਦਿਨਕਰ ਗੁਪਤਾ ਦੇ 1993 ਦੌਰਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਰਜੀਤ ਸਿੰਘ ਨਾਮੀ ਨੌਜਵਾਨ ਦੇ ਕਾਤਲ ਰਾਜੀਵ ਕੁਮਾਰ ਨੂੰ ਬਰੀ ਕਰਨ ਦੇ ਗੰਭੀਰ ਇਲਜ਼ਾਮ ਲਾਏ ਤਾਂ ਮਾਮਲੇ ਨੇ ਸ਼ਾਮ ਹੁੰਦਿਆਂ ਹੁੰਦਿਆਂ ਜ਼ੋਰ ਫੜ ਲਿਆ। ਖਹਿਰਾ ਤੋਂ ਬਾਅਦ ਹੁਣ ਸਮਾਜ ਸੇਵੀ ਲੱਖਾ ਸਿਧਾਣਾ ਨੇ ਵੀ ਇਸ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਈ ਨਿਸ਼ਾਨੇ ਸਾਧੇ ਨੇ। ਸਿਧਾਣਾ ਨੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਅਧੂਰਾ ਕੰਮ ਪੂਰਾ ਕਰ ਰਹੇ ਨੇ। ਸਿਧਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਬੁੱਚੜ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਹਾਂ ਵੀ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਾਫੀ ਦਿਨਾਂ ਬਾਅਦ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਹਾਂ ਅਤੇ ਜਿਸ ਮਸਲੇ 'ਤੇ ਆਪਾਂ ਅੱਜ ਗੱਲ ਕਰਾਂਗੇ, ਮਾਮਲਾ ਬੜਾ ਸੰਜੀਦਾ ਹੈ ਅਤੇ ਰੁਝਾਨ ਆ ਜਿਹੜਾ ਉਹ ਬੜਾ ਖਤਰਨਾਕ ਸ਼ੁਰੂ ਹੋ ਗਿਆ। ਵੈਸੇ ਤਾਂ ਪਹਿਲਾਂ ਤੋਂ ਸ਼ੁਰੂਆਤ ਹੈ ਪਰ ਹੁਣ ਦੁਬਾਰਾ ਉਸੇ ਦੌਰ ਦੀ ਗੱਲ, ਜੇ ਆਪਾਂ ਬਿੰਤੇ ਬੁੱਚੜ ਦੀ ਗੱਲ ਕਰੀਏ ਕਿ ਕਿਵੇਂ ਸਾਡੀ ਪੰਜਾਬ ਦੇ ਵਿੱਚੋਂ ਬੇਕਸੂਰ ਸਾਡੇ ਨੌਜਵਾਨਾਂ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਅਧੂਰਾ ਰਹਿ ਗਿਆ ਕੰਮ ਬਿਆਨ 'ਤੇ ਬੁੱਚੜ ਦਾ, ਉਹ ਅੱਜ ਜਿਹੜਾ ਬੁੱਚੜ ਬਣਿਆ ਬੈਠਾ ਕੈਪਟਨ ਅਮਰਿੰਦਰ, ਉਹ ਪੂਰਾ ਕਰ ਰਿਹਾ। ਜਦੋਂ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡਿਆਂ ਨੂੰ ਮਾਰਿਆ ਗਿਆ, ਬੇਕਸੂਰ ਮੁੰਡਿਆਂ ਨੂੰ, ਤਾਂ ਕਾਫੀ ਸਮੇਂ ਬਾਅਦ ਜਿਹੜਾ ਅਦਾਲਤਾਂ ਨੇ, ਵੱਖ ਵੱਖ ਅਦਾਲਤਾਂ ਨੇ, ਚਾਹੇ ਉਹ CBI ਦੀ ਅਦਾਲਤ ਹੋਵੇ ਚਾਹੇ ਸੈਸ਼ਨ ਅਦਾਲਤ ਹੋਵੇ, ਉਹਨਾਂ ਨੇ ਸਜ਼ਾਵਾਂ ਉਹਨਾਂ ਨੂੰ ਜਿਹੜੀਆਂ ਦਿੱਤੀਆਂ ਨੇ, ਤਾਂ ਅੱਜ ਦੀ ਇੱਕ ਖਬਰ ਹੈ, ਦ ਇੰਡੀਅਨ ਐਕਸਪ੍ਰੈਸ ਇੱਕ ਅੰਗਰੇਜ਼ੀ ਦਾ ਅਖਬਾਰ ਹੈ, ਉਹਦੇ 'ਚ ਖਬਰ ਲੱਗੀ ਹੈ ਕਿ 1993 ਦੇ ਵਿੱਚ ਇੱਕ ਹਰਜੀਤ ਸਿੰਘ ਨਾਂ ਦਾ ਨੌਜਵਾਨ ਸੀ ਜਿਹਨੂੰ ਪੁਲਿਸ ਨੇ ਚੱਕ ਕੇ ਝੂਠੇ ਮੁਕਾਬਲੇ ਦੇ ਵਿੱਚ ਮਾਰਤਾ ਸੀ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਸੀ ਉਹਦਾ, ਅਤੇ ਉਹਦੇ ਜਿਹੜੇ ਦੋਸ਼ੀ ਸੀਗੇ, ਉਹਦੇ ਜਿਹੜੇ ਮੁਲਜ਼ਮ ਸੀਗੇ, ਉਹਨਾਂ ਨੂੰ 2014 ਦੇ ਵਿੱਚ CBI ਦੀ ਅਦਾਲਤ ਨੇ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਅੱਜ ਦੇ ਅਖਬਾਰ ਦੀ ਖਬਰ ਦੇ ਹਿਸਾਬ ਦੇ ਨਾਲ, ਜਾਂ ਅੱਜ ਸੁਖਪਾਲ ਸਿੰਘ ਖਹਿਰੇ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਦੇ ਗਵਰਨਰ ਨੇ ਉਹਨਾਂ ਦੀ ਸਜ਼ਾ ਜਿਹੜੀ ਉਹ 4 ਦੀ ਮਾਫ਼ ਕਰਤੀ ਹੈ। ਹੁਣ ਤੁਸੀਂ ਦੇਖੋ ਵੀ ਕਿੱਡੀ ਹਨੇਰ ਕਰਦੀ ਹੈ, ਕਿੱਡੀ ਜੱਗੋਂ ਤੇਰਵੀਂ ਗੱਲ ਹੈ ਯਾਰ, ਕਿ 4 ਸਾਲ ਦੇ ਵਿੱਚ ਵਿੱਚ ਹੀ ਜਿਹੜਾ ਉਹਨਾਂ ਦੀ ਸਜ਼ਾ ਮਾਫ਼ ਕਰਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ। ਉਹਦੇ ਵਿੱਚ 3 ਬੰਦੇ ਦੱਸੇ ਜਾਂਦੇ ਨੇ UP ਦੇ ਆ, ਅਤੇ ਇੱਕ ਜਿਹੜਾ ਮੁਲਜ਼ਮ ਸੀਗਾ ਉਹ ਪੁਲਿਸ ਵਾਲਾ, ਉਹ ਪੰਜਾਬ ਦਾ ਸੀ। ਹੁਣ ਇੱਕ ਗੱਲ ਇੱਥੇ ਸਾਫ਼ ਹੈ ਕਿ
ਜੇ ਗਵਰਨਰ ਆਪਦੇ ਤੌਰ ਦੇ ਉੱਤੇ ਕਿਸੇ ਨੂੰ ਬਰੀ ਨਹੀਂ ਕਰ ਸਕਦਾ, ਕਿਸੇ ਦੀ ਸਜ਼ਾ ਨੂੰ ਮਾਫ਼ ਨਹੀਂ ਕਰ ਸਕਦਾ, ਜੇ ਸੂਬੇ ਦੀ ਜਿਹੜੀ ਸਰਕਾਰ ਹੈ, ਸਟੇਟ ਗੌਰਮੈਂਟ ਹੈ, ਕਿਸੇ ਵੀ ਕੇਸ ਨੂੰ ਰਿਕਮੈਂਡ ਕਰਦੀ ਆ, ਗਵਰਨਰ ਦੇ ਕੋਲ ਸਿਫਾਰਸ਼ ਕਰਦੀ ਹੈ, ਉਦੋਂ ਕੇਸ ਨੂੰ ਤਿਆਰ ਕਰਕੇ ਭੇਜਿਆ ਜਾਂਦਾ, ਤਾਂ ਹੀ ਜਾ ਕੇ ਸੰਵਿਧਾਨ ਦਾ ਜਿਹੜਾ ਆਰਟੀਕਲ 161 ਹੈ ਉਹਦੇ ਅਧੀਨ ਗਵਰਨਰ ਆ ਜਿਹੜਾ ਉਹ ਕਿਸੇ ਵੀ ਬੰਦੇ ਦੀ ਜਿਹੜੀ ਸਜ਼ਾ ਨੂੰ ਮਾਫ਼ ਕਰ ਸਕਦਾ। ਇੱਕ ਤਾਂ ਇਹ ਗੱਲ ਸਾਫ਼ ਹੈ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਵੀ ਪਤਾ ਨਹੀਂ ਗਵਰਨਰ ਨੇ ਆਪਦੇ ਕੋਲੋਂ ਹੀ ਉਹ ਜਿਹੜੇ ਬੰਦੇ ਆ ਉਹਨਾਂ ਦੀ ਸਜ਼ਾ ਮਾਫ਼ ਕਰਤੀ ਆ, ਗਵਰਨਰ ਨਹੀਂ ਸਜ਼ਾ ਮਾਫ਼ ਕਰ ਸਕਦਾ, ਸੂਬੇ ਦੀ ਸਰਕਾਰ ਸਿਫਾਰਸ਼ ਕਰਦੀ ਆ, ਉਹਦੀ ਸਿਫਾਰਸ਼ ਦੇ ਆਧਾਰ ਦੇ ਉੱਤੇ ਹੀ ਜਿਹੜੀਆਂ ਸਜ਼ਾਵਾਂ ਮਾਫ਼ ਕੀਤੀਆਂ ਜਾ ਸਕਦੀਆਂ ਜਾਂ ਕਿਸੇ ਬੰਦੇ ਨੂੰ ਬਰੀ ਜਾਂ ਰਿਹਾਅ ਕੀਤਾ ਜਾ ਸਕਦਾ। ਹੁਣ ਦੇਖੋ ਕਿੱਡੀ ਦੁੱਖ ਦੀ ਗੱਲ ਆ, ਜਾਂ ਆਪਾਂ ਕਹਿ ਲਈਏ ਕਿ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਯਾਰ ਇੱਕ ਪਾਸੇ ਸਾਡੇ ਸਿੱਖ ਸੰਘਰਸ਼ ਦੇ ਉਹ ਯੋਧੇ, ਉਹ ਨੌਜਵਾਨ ਜਿਨ੍ਹਾਂ ਨੂੰ 30-30 32-32 ਸਾਲ 35-35 ਸਾਲ ਹੋ ਗਏ ਆ, ਜੇਲ੍ਹਾਂ 'ਚ ਬੈਠੇ ਨੇ, ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੀਆਂ ਸਜ਼ਾਵਾਂ ਵੀ ਆਪਣੀਆਂ ਕੱਟ ਲਈਆਂ ਨੇ, ਮੇਰੇ ਕੋਲ ਲਿਸਟ ਪਈ ਆ ਉਹਨਾਂ ਦੀ, ਮੈਂ ਤੁਹਾਨੂੰ ਜੇ ਨਾ ਲਵਾਂ ਤਾਂ ਭਾਈ ਗੁਰਦੀਪ ਸਿੰਘ ਖੈੜਾ ਜਿਹਨੂੰ 32 ਸਾਲ ਹੋ ਗਏ, ਕੋਈ ਛੁੱਟੀ ਨਹੀਂ, ਕੋਈ ਪੈਰੋਲ ਨਹੀਂ, ਦਵਿੰਦਰਪਾਲ ਸਿੰਘ ਭੁੱਲਰ 26 ਸਾਲ ਹੋ ਗਏ, ਭਾਈ ਲਾਲ ਸਿੰਘ 34 ਸਾਲ ਹੋ ਗਏ, ਦਇਆ ਸਿੰਘ ਲਾਹੌਰੀਆ 25 ਸਾਲ ਹੋ ਗਏ, ਹਰਨੇਕ ਸਿੰਘ ਭੱਪ ਨੂੰ 27 ਸਾਲ ਹੋ ਗਏ, ਲਖਵਿੰਦਰ ਸਿੰਘ ਨੂੰ 24 ਸਾਲ ਹੋ ਗਏ, ਸ਼ਮਸ਼ੇਰ ਸਿੰਘ ਹੈ, ਗੁਰਮੀਤ ਸਿੰਘ ਹੈ, ਭਾਈ ਜਗਤਾਰ ਸਿੰਘ ਜੀ ਹੈ, ਪਰਮਜੀਤ ਭਿਓਰਾ ਜੀ ਹੈ, ਭਾਈ ਤਾਰਾ ਜੀ ਹੈ, ਜਿਹਨਾਂ ਨੂੰ 24-24 ਸਾਲ ਹੋ ਗਏ। ਹੁਣ ਇਹਨਾਂ ਦੀਆਂ ਇਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਅਤੇ ਪਰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਰਿਹਾਈ ਨਹੀਂ ਹਾਲੇ ਤੱਕ ਕੀਤੀ ਗਈ। ਰਿਹਾਈ ਦੂਰ ਦੀ ਗੱਲ ਹੈ, ਕਿਸੇ ਨੂੰ ਕੋਈ ਪੈਰੋਲ, ਕੋਈ ਛੁੱਟੀ ਨਹੀਂ ਦਿੱਤੀ ਗਈ। ਸਿਧਾਣਾ ਨੇ ਇਲਜ਼ਾਮ ਲਗਾਇਆ ਕਿ ਦੇਸ਼ ਅੰਦਰ ਸ਼ਰੇਆਮ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਸਭ ਕੇਂਦਰ ਦੇ ਦਬਾਅ ਕਾਰਨ ਹੀ ਕੀਤਾ ਜਾ ਰਿਹਾ। ਸੋ ਇੱਥੇ ਸਾਨੂੰ ਪਤਾ ਲੱਗਦਾ, ਜਿਹੜੇ ਹੁਣ ਬਹੁਤ ਅਜੇ ਸਾਡੇ 'ਚ ਵੀ ਅਜਿਹੀਆਂ ਕਾਲੀਆਂ ਭੇਡਾਂ ਹੈਗੀਆਂ, ਜਿਹੜੇ ਕਹਿੰਦੇ ਜੀ ਤੁਸੀਂ ਐਵੇਂ ਬੋਲੀ ਜਾਂਦੇ ਰਹਿੰਦੇ ਹਾਂ ਅਤੇ ਤੁਸੀਂ ਤਾਂ ਤੁਹਾਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਤੁਸੀਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ, ਤੁਹਾਡੇ ਨਾਲ ਕਿਹੜਾ ਧੱਕਾ ਹੁੰਦਾ, ਤੁਸੀਂ ਤਾਂ ਐਵੇਂ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਹਾਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਆਹ ਕੀ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਤੁਸੀਂ ਬੋਲੋਗੇ? ਕਿਉਂਕਿ ਮੈਂ ਉਹਨਾਂ ਨੂੰ ਵੀ ਜਾਣਦਾ, ਹਮੇਸ਼ਾ ਸਟੇਟ ਦੇ ਦੱਲੇ ਨੇ, ਸੱਤਾ ਦੇ ਦਲਾਲ ਨੇ, ਹਮੇਸ਼ਾ ਉਹਨਾਂ ਨੇ ਸਟੇਟ ਦੇ ਹੱਕ ਦੀ ਗੱਲ ਕਰਨੀ ਆ, ਉੱਧਰਲੇ ਪੱਖ ਦੀ ਗੱਲ ਕਰਨੀ ਆ, ਉਹ ਕਦੇ ਵੀ ਇਨਸਾਫ਼ ਦੀ ਗੱਲ ਨਹੀਂ ਕਰਨਗੇ ਜਾਂ ਕਦੇ ਵੀ ਇਸ ਗੱਲ 'ਤੇ ਨਹੀਂ ਆਉਣਗੇ ਕਿ ਜੋ ਵੀ ਹੋ ਰਿਹਾ ਉਹ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ। ਇੱਥੇ ਸਮਝਣ ਵਾਲੀ ਗੱਲ ਹੈ ਕਿ ਅਸੀਂ ਚੁੱਪ ਚੁਪੀਤੇ, ਦੇਖੋ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੋਂ ਰਿਹਾਅ ਵੀ ਕਰ ਦਿੱਤਾ ਗਿਆ, ਪਟਿਆਲਾ ਜੇਲ੍ਹ ਦੇ ਵਿੱਚੋਂ ਛੱਡ ਵੀ ਦਿੱਤੇ ਗਏ ਨੇ ਉਹ ਬੰਦੇ, ਯੂਪੀ ਵਾਲੇ ਯੂਪੀ ਚਲੇ ਗਏ ਨੇ, ਪੰਜਾਬ ਵਾਲਾ ਸੀ ਜਿਹੜਾ ਉਹ ਆਪਣੇ ਘਰ ਆ ਗਿਆ। ਸੋ ਇਹ ਇੱਥੋਂ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਸਿਰਫ ਇੱਕ ਅਖਬਾਰ ਨੇ, ਉਹ ਵੀ ਅੰਗਰੇਜ਼ੀ ਦਾ ਅਖਬਾਰ ਹੈ, ਉਹਨੇ ਇਹ ਖਬਰ ਲਾਈ ਹੈ, ਹੋਰ ਕੋਈ ਪੰਜਾਬੀ ਦਾ ਅਖਬਾਰ ਜਾਂ ਕੋਈ ਹਿੰਦੀ ਦਾ ਅਖਬਾਰ ਜਾਂ ਕੋਈ ਹੋਰ ਜਿਹੜਾ ਇਲੈਕਟ੍ਰੋਨਿਕ ਮੀਡੀਆ, ਕਿਸੇ ਨੇ ਕੋਈ ਖਬਰ ਨਹੀਂ ਚਲਾਈ, ਕਿਉਂਕਿ ਆਪਾਂ ਨੂੰ ਪਤਾ ਲੱਗਦਾ ਵੀ ਇਹ ਉਹ ਮੀਡੀਆ ਜਿਹੜਾ ਗੋਦੀ ਦੀ, ਮੋਦੀ ਦੀ ਗੋਦੀ 'ਚ ਬੈਠਾ ਮੀਡੀਆ। ਜਦੋਂ ਇੱਕ ਪਾਸੇ ਇੱਕ ਸਿੱਖ ਨੂੰ ਦਿੱਲੀ ਦੇ ਵਿੱਚ ਕੁੱਟਿਆ ਜਾਂਦਾ, ਜਲੀਲ ਕੀਤਾ ਜਾਂਦਾ, ਤਾਂ ਉਸ ਨੂੰ ਬਦਨਾਮ ਕਰਨ ਦੇ ਲਈ ਇਹੀ ਮੀਡੀਆ ਬਹੁਤ ਜ਼ੋਰ ਸ਼ੋਰ ਨਾਲ ਇਹ ਗੱਲਾਂ ਉਭਾਰਦਾ
ਕਿ ਉਹ ਤਾਂ ਕ੍ਰਿਮੀਨਲ ਸੀ, ਉਹਦੇ ਉੱਤੇ ਮੁਕੱਦਮੇ ਦਰਜ ਨੇ, ਉਹਦਾ ਬੈਕਗ੍ਰਾਉਂਡ ਮਾੜਾ ਸੀ, ਤਾਂ ਕਿ ਉਹਨੂੰ ਪੂਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਜਾ ਸਕੇ ਕਿ ਉਹਦਾ ਬੰਦਾ ਹੀ ਇਸ ਤਰ੍ਹਾਂ ਦਾ ਸੀਗਾ, ਉਹਦਾ ਜਿਹੜਾ ਪੇਸ਼ਾ ਹੀ ਇਹ ਸੀਗਾ ਕਿ ਝਗੜਨਾ ਲੜਨਾ, ਉਹਨੂੰ ਪੂਰੇ ਜ਼ੋਰ ਸ਼ੋਰ ਨਾਲ ਇਹ ਚੱਕਦੇ ਨੇ। ਪਰ ਜਿੱਥੇ ਕੋਈ ਗੱਲ ਆਉਂਦੀ ਹੈ ਘੱਟ ਗਿਣਤੀਆਂ ਦੇ ਖਿਲਾਫ਼, ਕੋਈ ਧੱਕੇਸ਼ਾਹੀ ਦੀ ਗੱਲ ਆਉਂਦੀ ਹੈ, ਕੋਈ ਬੇਇਨਸਾਫ਼ੀ ਦੀ ਗੱਲ ਆਉਂਦੀ ਹੈ, ਉੱਥੇ ਇਹ ਮੀਡੀਆ ਬਿਲਕੁਲ ਵੀ ਚੁੱਪ ਕਰ ਜਾਂਦਾ। ਸੋ ਭਰਾਵੋ, ਇਹ ਗੱਲ ਕਰਨ ਦਾ ਜਿਹੜਾ ਮਕਸਦ ਆਪਣਾ, ਮੈਂ ਚਾਹੁੰਦਾ ਇਹ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਇਹ ਹਰ ਇੱਕ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ, ਤਾਂ ਕਿ ਹਰ ਇੱਕ ਬੰਦੇ ਨੂੰ ਇਹ ਪਤਾ ਲੱਗ ਸਕੇ ਕਿ ਯਾਰ ਵੀ ਕਿਵੇਂ ਅੰਦਰ ਖਾਤੇ ਕੀ ਖਿਚੜੀ ਪੱਕ ਰਹੀ ਹੈ, ਕਿਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਜ਼ੁਲਮ ਕੀਤਾ, ਬੇਕਸੂਰ ਮੁੰਡਿਆਂ ਨੂੰ ਮਾਰਿਆ, ਜਾਂ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ 84 ਦੀ ਗੱਲ ਕਰਕੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਮਾਵਾਂ ਭੈਣਾਂ ਦੇ, ਜਿਨ੍ਹਾਂ ਨੇ ਜੋ ਵੀ ਕੁਛ ਕੀਤਾ, ਜੋ ਵਰਤਾਰਾ ਇਹਨਾਂ ਨੇ ਕੀਤਾ, ਜੋ ਧੱਕੇਸ਼ਾਹੀ ਜ਼ੁਲਮ ਕੌਮ ਦੇ ਨਾਲ ਹੋਏ, ਉਹਨਾਂ ਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਦੋ ਦੋ ਕਰਕੇ ਗੁਪਤ ਤਰੀਕੇ ਨਾਲ ਇਹ ਉਹਨਾਂ ਦੀਆਂ ਸਜ਼ਾਵਾਂ ਨੂੰ ਮਾਫ਼ ਕਰਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਇਹ ਰਿਲੀਜ਼ ਕਰਾ ਦੇਣਗੇ, ਬਾਹਰ ਕਢਾ ਦੇਣਗੇ। ਇੱਥੋਂ ਪਤਾ ਲੱਗਦਾ ਕਿ ਮੈਂ ਬੁੱਚੜ ਕਿਉਂ ਕਿਹਾ ਸੀ, ਕਿਉਂਕਿ ਬੈਂਤਾ ਬੁੱਚੜ ਦੇ ਤਾਂ ਹੀ ਕਾਰਨਾਮੇ ਦੇਖੇ ਆ ਕਿ ਕਿਵੇਂ ਸਾਡੀ ਜਵਾਨੀ ਉਹਨਾਂ ਨੇ ਖੋਹ ਖੋਹ ਕੇ ਮਾਰੀ ਆ। ਸੋ ਮੈਂ ਹੁਣ ਬਹੁਤ ਵੱਡਾ ਬੁੱਚੜ ਜਿਹੜਾ ਪੰਜਾਬ ਲਈ ਬਣਿਆ ਹੋਇਆ, ਉਹ ਕੈਪਟਨ ਅਮਰਿੰਦਰ ਬਣਿਆ ਹੋਇਆ, ਕੀ ਸਾਜਿਸ਼ ਹੋ ਸਕਦੀ ਹੈ, ਤੁਸੀਂ ਆਪ ਹਿਸਾਬ ਲਾ ਲਓ ਕਿ ਇਹਨੂੰ ਸੈਂਟਰ ਗੌਰਮੈਂਟ ਨੇ ਇਹਦੀ ਬਾਂਹ ਮਰੋੜੀ ਹੈ, ਯੂਪੀ ਦੇ ਬੰਦੇ ਨੇ, ਯੂਪੀ ਦੇ ਪੁਲਿਸ ਵਾਲੇ ਨੇ ਜਿਹੜੇ ਸੱਡੇ ਗਏ ਨੇ, ਜਾਂ ਇਹਦੀ ਕਿਸੇ ਪਾਸੇ ਹੋਰ ਕੋਈ ਦਬਾਅ ਪਾਇਆ ਗਿਆ, ਜਾਂ ਕਿੰਨਾ ਕਾਰਨਾਂ ਕਰਕੇ ਇਹ ਜਿਹੜੇ ਚਾਰ ਬੰਦੇ ਨੇ ਇਹ ਗਵਰਨਰ ਤੋਂ ਸਜ਼ਾ ਮਾਫ਼ ਕਰਾਈ ਗਈ ਹੈ, ਕੀ ਕੈਪਟਨ ਅਮਰਿੰਦਰ ਇਹਦੇ ਬਾਰੇ ਕੋਈ ਆਪਣਾ ਸਪਸ਼ਟੀਕਰਨ, ਕੋਈ ਬਿਆਨ ਦੇ ਸਕਦਾ? ਦੂਜਾ ਇੱਕ ਦੇਖੋ, ਇਹ ਇਕੱਲੀ ਗੱਲ ਆਪਾਂ ਪੰਜਾਬ ਦੀ ਨਹੀਂ ਹੈਗੀ, ਆਪਾਂ ਦੂਸਰੀ ਗੱਲ ਜੇ ਆਪਾਂ ਕਰ ਲਈਏ ਕਿ ਇੱਕ ਸੰਜੀਵ ਭੱਟ ਦੀ ਮੈਂ ਅੱਜ ਖਬਰ ਪੜ੍ਹ ਰਿਹਾ ਸੀਗਾ, 1990 ਦੇ ਵਿੱਚ ਕੋਈ ਕੇਸ ਹੋਇਆ ਸੀ ਗੁਜਰਾਤ ਦੇ ਵਿੱਚ, IPS ਗੁਜਰਾਤ ਕੇਡਰ ਦਾ ਉਹ IPS ਹੈ, 1990 ਦੇ ਵਿੱਚ ਉਹਨੇ ਕੋਈ ਬੰਦੇ ਜਿਹੜੇ ਫੜੇ ਸੀ ਨਸ਼ੇ ਤਸਕਰੀ ਦੇ ਵਿੱਚ, ਅਤੇ ਪੁਲਿਸ ਹਿਰਾਸਤ ਦੇ ਵਿੱਚ ਵੀ ਮੌਤ ਨਹੀਂ ਸੀ ਹੋਈ ਉਸ ਕਿਸ ਬੰਦੇ ਦੀ, ਉਹ ਬੰਦਾ ਪੁਲਿਸ ਦੇ ਵਿੱਚ ਜ਼ਿਆਦਾ ਕੁੱਟਮਾਰ ਹੋਈ, ਉਦੋਂ ਬਾਅਦ ਉਹ ਹਸਪਤਾਲ ਦਾਖਲ ਹੋਇਆ, ਉਹਨੂੰ ਛੱਡਣ ਤੋਂ ਬਾਅਦ ਅਤੇ ਉਹ ਹਸਪਤਾਲ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ। ਅਤੇ ਉਸ ਬੰਦੇ ਨੂੰ ਕੱਲ੍ਹ ਜਿਹੜੀ ਇੱਕ ਅਦਾਲਤ ਨੇ, ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਪੁਲਿਸ ਹਿਰਾਸਤ ਦੇ ਵਿੱਚ ਮੌਤ ਨੂੰ ਆਧਾਰ ਬਣਾ ਕੇ। ਉਹ ਕਿਉਂ ਸੁਣਾਈ ਆ, ਉਹਦਾ ਜੇ ਤੁਸੀਂ ਪਿਛੋਕੜ ਦੇਖੋਗੇ, 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ, ਜਿਹਦਾ ਮੋਦੀ ਕਸੂਰਵਾਰ ਸੀ, ਮੋਦੀ ਦੋਸ਼ੀ ਸੀ, ਜਿਹਨੇ ਮੋਦੀ ਨੇ ਸਾਰਾ ਕੀਤਾ ਕਰਾਇਆ ਸੀ 2002 ਦੇ ਵਿੱਚ, ਤਾਂ ਇਹ ਜਿਹੜਾ ਸੰਜੀਵ ਭੱਟ ਸੀ ਇਹਨੇ ਸਾਰਾ ਖੁਲਾਸਾ ਜਿਹੜਾ 2002 ਦੇ ਕਤਲੇਆਮ ਦਾ ਕੱਢ ਕੇ ਸਾਹਮਣੇ ਲਿਆਉਂਦਾ ਸੀ, ਅਤੇ ਮੋਦੀ ਨੂੰ ਦੋਸ਼ੀ ਜਿਹੜਾ ਠਹਿਰਾਤਾ ਸੀ, ਤਾਂ ਇਹਨਾਂ ਦੀ ਅੱਖ 'ਚੋਂ ਰਲਕਦਾ ਸੀ, ਤਾਂ ਇਹਨਾਂ ਨੇ ਚੱਕ ਕੇ ਲਪੇਟ ਤਾਂ ਉਮਰ ਕੈਦ ਕਰਾ ਦਿੱਤੀ। ਹੁਣ ਬੰਦਾ ਆਪਾਂ ਕਹਿੰਦੇ ਜਿਹੜਾ ਆਪਣੇ ਨਾਲ ਧੱਕਾ ਹੋ ਗਿਆ, ਆਪਣੇ ਨਾਲ ਜਾਤੀ ਹੋਈ ਆ, ਆਪਣੇ ਨਾਲ ਪੁਲਿਸ ਧੱਕਾ ਕਰ ਰਹੀ ਹੈ, ਆਪਣਾ ਸਰਕਾਰ ਧੱਕਾ ਕਰ ਰਹੀ ਹੈ, ਆਪਾਂ ਕੋਰਟਾਂ ਚਲੇ ਜਾਓ, ਹਾਈ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ, ਉੱਥੇ ਵੀ ਹੁਣ ਆਪਾਂ ਨੂੰ ਇਨਸਾਫ ਨਸੂਬ ਮਿਲਣ ਵਾਲੀ ਗੱਲ ਤੁਹਾਨੂੰ ਮੈਂ ਦੱਸਦਾ ਮਿੱਤਰੋ ਵੀ ਹੈ ਨਹੀਂ ਹੁਣ, ਕਿਉਂਕਿ ਕੋਰਟਾਂ ਕਾਰਟਾਂ ਦੇ ਵਿੱਚ ਕੋਈ CBI ਹੈ, ਕੋਈ ਹਾਈ ਕੋਰਟ ਹੈ, ਕੋਈ ਸੁਪਰੀਮ ਕੋਰਟ ਹੈ, ਉਹਨਾਂ ਦੇ ਜੱਜ ਨੇ, ਉਹਨਾਂ ਦੇ ਕੋਈ ਡਾਇਰੈਕਟਰ ਨੇ, ਸਾਰੇ ਇਹਨਾਂ ਨੇ ਆਪਣੇ ਬੰਦੇ ਬਿਠਾ ਤੇ। ਹੁਣ ਇਹ ਜੋ ਵੀ ਫੈਸਲੇ ਹੋਣਗੇ, ਜਿਵੇਂ ਇਹ ਕਹਿਣਗੇ, ਜਿਵੇਂ ਇਹ ਉਹਨਾਂ ਤੋਂ ਕਰਾਉਣਗੇ, ਉਹ ਉਵੇਂ ਹੀ ਹੋਣੇ ਆ, ਇਹਨਾਂ ਦੇ ਹਿਸਾਬ ਨਾਲ ਹੀ ਹੋਣਾ। ਹੁਣ ਭੁੱਲ ਜਾਓ ਸਾਨੂੰ ਕੋਈ ਇਨਸਾਫ ਦੀ ਉਮੀਦ ਜਿਹੜੀ ਇਹਨਾਂ ਤੋਂ, ਮੈਨੂੰ ਤਾਂ ਨਜ਼ਰ ਨਹੀਂ ਆਉਂਦੀ।
ਇਸ ਦੌਰਾਨ ਲੱਖਾ ਸਿਧਾਣਾ ਨੇ ਖਹਿਰਾ ਵੱਲੋਂ ਦਿੱਤੇ ਗਏ ਸਰਬ ਪਾਰਟੀ ਸੱਦੇ ਦਾ ਸਵਾਗਤ ਕਰਦਿਆਂ ਸਾਰੀਆਂ ਪਾਰਟੀਆਂ ਨੂੰ ਇਸ ਮਾਮਲੇ ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸੁਖਪਾਲ ਖਹਿਰੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨੇ ਕਿਹਾ ਕਿ ਅਸੀਂ ਜਿਹੜੀ ਇਹ ਲੜਾਈ ਹੈ ਚਾਹੇ ਉਹ ਲੀਗਲੀ ਕਾਨੂੰਨੀ ਲੜਾਈ ਲੜਨੀ ਪਵੇ ਜਾਂ ਸਾਨੂੰ ਕੋਈ ਮੈਦਾਨ ਦੇ ਵਿੱਚ ਸੰਘਰਸ਼ ਕਰਨਾ ਪਵੇ ਤਾਂ ਅਸੀਂ ਕਰਾਂਗੇ। ਸੋ ਅਸੀਂ ਮੈਂ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਹੈਗਾ, ਮੈਂ ਸੁਖਪਾਲ ਖਹਿਰੇ ਦੀ ਪਾਰਟੀ ਦਾ ਨਹੀਂ, ਮੈਂ ਕਿਸੇ ਹੋਰ ਦਾ ਨਹੀਂ, ਪਰ ਸੁਖਪਾਲ ਖਹਿਰੇ ਨੂੰ ਮੈਂ ਇਸ ਗੱਲ ਦੀ ਉਹਦਾ ਧੰਨਵਾਦ ਕਰਦਾ ਅਤੇ ਮੈਂ ਉਹਨੂੰ ਇਸ ਗੱਲੋਂ ਵੀ ਮੈਂ ਸਿਜਦਾ ਕਰਦਾ ਸਲਾਮ ਕਰਦਾ ਕਿ ਉਹ ਬੰਦੇ ਨੇ ਉਹ ਇਕੱਲਾ ਹੀ ਬੰਦਾ ਜਿਹੜਾ ਇਸ ਗੱਲ ਦੇ ਲਈ ਸਾਹਮਣੇ ਆਇਆ ਅਤੇ ਇਸ ਗੱਲ ਦੇ ਖਿਲਾਫ ਉਹਨੇ ਡਟ ਕੇ ਜਿਹੜਾ ਆਪਣਾ ਵਿਰੋਧ ਜਿਤਾਇਆ ਅਤੇ ਆਪਣੀ ਗੱਲ ਜਿਹੜੀ ਉਹ ਰੱਖੀ ਹੈ, ਉਹਨੇ ਕੋਈ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ ਵੀ ਇਹਦੇ ਨਾਲ ਆਹ ਵੋਟ ਨਾ ਟੁੱਟ ਜੇ, ਇਹਦੇ ਨਾਲ ਆਹ ਵੋਟ ਨਾ ਟੁੱਟ ਜੇ, ਉਹਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ। ਸੋ ਚੰਗੀ ਗੱਲ ਹੈ ਕਿ ਖਹਿਰੇ ਨੇ ਜੇ ਇਹ ਗੱਲ ਬੋਲੀ ਹੈ ਅਤੇ ਸਾਨੂੰ ਮੈਂ ਸਾਰਿਆਂ ਨੂੰ ਕਹਿਣਾ ਕਿ ਯਾਰ ਮਸਲਾ ਇਹ ਅਕਾਲੀਆਂ ਦਾ, ਕਾਂਗਰਸੀਆਂ ਦਾ ਜਾਂ ਕਿਸੇ ਹੋਰ ਦੂਜੀਆਂ ਤੀਜੀਆਂ ਪਾਰਟੀਆਂ ਦਾ ਮਸਲਾ ਨਹੀਂ ਹੈਗਾ, ਮਸਲਾ ਸਮੁੱਚੀ ਕੌਮ ਦਾ, ਸਮੁੱਚੀ ਕੌਮ 'ਤੇ ਹੋ ਰਹੇ ਘਾਣ ਦਾ ਮਸਲਾ। ਸਾਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਗੱਲ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਕਿਉਂ ਯਾਰ ਸਾਡੇ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਇਹੋ ਜਿਹਾ ਕੁਛ ਕੀਤਾ ਉਹਨਾਂ ਨੂੰ ਤੁਸੀਂ ਸਿਰਫ ਚਾਰ ਚਾਰ ਸਾਲ ਕਟਾ ਕੇ ਸਜ਼ਾਵਾਂ ਜਿਹੜੀਆਂ ਇੱਥੋਂ ਸਜ਼ਾਵਾਂ ਮਾਫ਼ ਕਰਾ ਰਹੇ ਹਾਂ। ਤੁਹਾਨੂੰ ਮੈਂ ਇੱਕ ਹੋਰ ਗੱਲ ਮੇਰੇ ਯਾਦ ਆ ਗਈ, ਤੁਹਾਨੂੰ ਉਹ ਵੀ ਦੱਸ ਦਿੰਦਾ। ਮੈਂ ਬਰਨਾਲਾ ਜੇਲ੍ਹ 'ਚ ਬੰਦ ਹੁੰਦਾ ਸੀ ਅਤੇ ਮੇਰੇ ਨਾਲ ਡੀ ਐੱਸ ਪੀ ਸਤਨਾਮ ਸਿੰਘ ਅਤੇ ਇੱਕ ਜਸਪਾਲ ਸਿੰਘ ਸ਼ਾਇਦ ਇੱਕ ਹੋਰ ਤਿੰਨ ਬੰਦੇ ਉੱਥੇ ਬੰਦ ਸੀਗੇ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਰੜੇ ਨੂੰ ਸ਼ਹੀਦ ਕੀਤਾ ਸੀਗਾ। ਉਹ ਬੰਦੇ ਮੇਰੇ ਨਾਲ ਉੱਥੇ ਡੋਰਮੈਂਟਰੀ ਬੰਦ ਹੁੰਦੇ ਸੀ, ਅਸੀਂ ਸ਼ੈਲਾਂ 'ਚ ਬੰਦ ਹੁੰਦੇ, ਡੋਰਮੈਂਟਰੀ ਬੰਦ ਹੁੰਦੇ। ਮੈਂ ਉਹਨਾਂ ਦਾ ਵੀ ਦੇਖਦਾ ਰਿਹਾ ਕਿ ਕਿਵੇਂ ਉਹ ਜੇਲ੍ਹ ਦੇ ਵਿੱਚੋਂ ਡਾਕਟਰ ਦੇ ਕੋਲੋਂ ਲਿਖਾ ਕੇ ਉਜਾਲੀ ਜਿਹੀ ਪਰਚੀ ਬਣਾ ਕੇ ਵੀ ਅਸੀਂ ਬਿਮਾਰ ਹੈ ਅਤੇ ਬਾਹਰ ਉਹ ਤੜਕੇ ਨਿਕਲ ਜਾਂਦੇ ਰਾਤ ਨੂੰ ਵੜਦੇ ਸੀ ਜਾਂ ਜੇਲ੍ਹ ਦੇ ਬਾਹਰ ਬੈਠੇ ਨੇ, ਕਿਵੇਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਖੁੱਲ੍ਹਾਂ ਸੀਗੀਆਂ। ਸੋ ਜਿੰਨੇ ਵੀ ਬੰਦੇ ਆਪਾਂ ਦੇਖਿਆ ਕਿ ਜਿੰਨੇ ਬੰਦਿਆਂ ਨੇ ਪੰਜਾਬ ਪੁਲਿਸ ਦਿਆਂ ਨੇ ਜਾਂ ਹੋਰਾਂ ਨੇ ਉਸ ਸਮੇਂ ਦੇ ਵਿੱਚ ਨੌਜਵਾਨਾਂ ਦਾ ਕਤਲੇਆਮ ਕੀਤਾ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਮਤਲਬ ਕਿ ਉਹਨਾਂ ਦੀ ਸਹਾਇਤਾ ਕਰਦੇ ਨੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਸਹੂਲਤਾਂ ਮੁਹੱਈਆ ਕਰਵਾਉਂਦੇ ਨੇ। ਸੋ ਭਰਾਵੋ ਮੈਂ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਮੈਂ ਆਪਾਂ ਨੂੰ ਇਹਨਾਂ ਗੱਲਾਂ ਬਾਰੇ ਵੀ ਸੁਚੇਤ ਹੋਣ ਦੀ ਲੋੜ ਆ। ਇਹ ਵਰਤਾਰੇ ਨੇ, ਇਸ ਘਾਣ ਨੇ ਵਧਣਾ, ਇਸ ਗੱਲ ਦੇ ਖਿਲਾਫ ਸਾਨੂੰ ਆਵਾਜ਼ ਵੀ ਬੁਲੰਦ ਕਰਨੀ ਚਾਹੀਦੀ ਹੈ। ਜਿੰਨੀਆਂ ਕੋਈ ਜਥੇਬੰਦੀਆਂ ਹੈਗੀਆਂ ਨੇ, ਕੋਈ ਸਮਾਜਿਕ ਹੈ, ਕੋਈ ਹੋਰ ਧਾਰਮਿਕ ਹੈ, ਕੋਈ ਹੋਰ ਜਥੇਬੰਦੀਆਂ ਨੇ, ਰਾਜਨੀਤਿਕ ਜਥੇਬੰਦੀਆਂ ਨੇ, ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਸਿਆਸੀ ਲੀਡਰ ਨੇ ਉਹ ਕਿਹੜੇ ਕਿਹੜੇ ਬੋਲਦੇ ਆ। ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਸ਼ੁੱਕਰਵਾਰ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਸੀ ਕਿ ਪੰਜਾਬ ਦੇ ਗਵਰਨਰ ਦੀ ਸਿਫਾਰਿਸ਼ 'ਤੇ ਐੱਸ ਪੀ ਰਾਜੀਵ ਕੁਮਾਰ ਨੂੰ ਜੇਲ੍ਹ ਵਿੱਚੋਂ ਬਰੀ ਕਰ ਦਿੱਤਾ ਗਿਆ। ਖਹਿਰਾ ਮੁਤਾਬਿਕ ਰਾਜੀਵ ਕੁਮਾਰ ਨੂੰ 2014 ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ 1993 ਵਿੱਚ ਸਹਾਰਨ ਮਾਜਰਾ ਜੋ ਕਿ ਲੁਧਿਆਣਾ 'ਚ ਪੈਂਦਾ ਦੇ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਝੂਠਾ ਮੁਕਾਬਲਾ ਕਰਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਪਰ ਕਰੀਬ 4.5 ਸਾਲ ਬਾਅਦ ਹੀ ਉਸ ਨੂੰ ਛੱਡ ਦਿੱਤਾ ਗਿਆ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।